ਕਰਦੇ ਹੋ ਅਸੀਂ ਨਹੀਂ ਮੈਂ ਸਾਡਾ ਘਰ ਦੇਣ ਤੰਗ ਕਰੀ ਘਰ ਘਰ ਦੇਣ ਤੰਗ ਕਰੀ ਅੱਛਾ ਠੀਕ ਆ ਜੀ ਤੁਸੀਂ ਕੀ ਕਰਦੇ ਹੋ ਅਸੀਂ ਗੱਲਾਂ ਕਰਦੇ ਆ ਜੀ ਬਸ ਸੁੱਖ ਨਾਲ परमात्मा ने लिखी है ਕਿਨੇ ਮਸ਼ਹੂਰ ਹੋਣਾ ਹੀ ਤੁਸੀਂ ਅਰੇ ਆ ਇਹਦੀ ਦੁਕਾਨ ਆ ਜੀ ਕਾਰੀ ਦੁਕਾਨ ਹੈ ਮੈਂ ਮੇਰੀ ਰੈਡੀਮੇਡ ਕੱਪੜਿਆਂ ਦੀ ਸ਼ੌਪ ਰੈਡੀਮੇਡ ਕੱਪੜਿਆਂ ਦੀ ਆ ਅੱਛਾ ਜੀ ਤੁਸੀਂ ਤਾਂ ਕਹਿੰਦੇ ਮੈਂ ਮਸ਼ਹੂਰ ਹੋਣਾ ਕਿੱਦਾਂ ਮਸ਼ਹੂਰ ਹੋਣਾ ਹੋਣਾ ਹੀ ਮਸ਼ਹੂਰ ਤੁਸੀਂ ਕਹਿੰਦੇ ਸੀ ਮੈਂ ਤਾਂ ਜੀ ਇਹਦੇ ਭਰਾ ਲੋ ਗਿਆ ਹੈਗਾ ਮੈਂ ਨਹੀਂ ਮਸ਼ਹੂਰ ਹੋਣਾ ਮੈਂ ਰੱਬ ਦਾ ਬੰਦਾ ਬਸ ਸਾਰੇ ਰੱਬ ਦੇ ਬੰਦੇ ਰੋਟੀ ਪਾਣੀ ਦੋ ਟਾਈਮ ਦੀ ਲੰਘ ਜੇ ਉਹੀ ਬਹੁਤ ਆ ਇਸ ਤੋਂ ਵੱਧ ਕੀ ਕਰਨਾ ਹੀ ਮਸ਼ਹੂਰ ਹੋ ਕੇ ਆਸਟ੍ਰੇਲੀਆ ਪੱਕਾ ਆ ਇਹਨੂੰ ਹਲਕੇ ਚ ਨਾ ਲਿਓ ਹਾਂਜੀ ਇਹ ਕੈਨੇਡਾ ਪੱਕੇ ਆ ਇਹ ਕੈਨੇਡਾ ਜਾਣ ਵਾਲੇ ਆ ਉਹ ਅਮਰੀਕਾ ਤੋਂ ਆਏ ਹੋਏ ਆ ਓਹੋ ਤੇ ਅਸੀਂ ਦੋਵੇਂ ਪੰਜਾਬੀ ਆ ਇਹ ਦੋਨੇ ਹਾਂਜੀ ਅਸੀਂ ਦੋਨੇ ਅੱਛਾ ਠੀਕ ਆ ਅੱਛਾ ਮੈਂ ਨਾ ਸਾਰਿਆਂ ਨੂੰ ਇੱਕੋ ਹੀ ਸਵਾਲ ਪੁੱਛਣਾ ਆ ਤੁਸੀਂ ਲੱਗੇ ਲੱਗੇ ਹੋ ਜਾਓ ਕੈਮਰੇ ਚ ਆ ਜਾਈਏ ਸਾਰੇ ਜਣੇ ਤੇ ਪਹਿਲਾਂ ਪਿੱਛੇ ਜੇ ਨਾ ਕੁਛ ਟਾਈਮ ਪਹਿਲਾਂ ਸਾਰਿਆਂ ਨੂੰ ਕ੍ਰੇਜ਼ ਸੀਗਾ ਸ਼ਹਿਰਾਂ ਵੱਲ ਜਾਣ ਦਾ ਪਿੰਡਾਂ ਵਾਲਿਆਂ ਨੂੰ ਹੁਣ ਉਲਟਾ ਹੋ ਗਿਆ ਹੁਣ ਸਾਰੇ ਸ਼ਹਿਰਾਂ ਤੋਂ ਪਿੰਡਾਂ ਵੱਲ ਭੱਜਦੇ ਆ ਪਹਿਲਾ ਸਵਾਲ ਆ ਕਿ ਤੁਹਾਨੂੰ ਕੀ ਲੱਗਦਾ ਕਿ ਲਾਈਫ ਸਟਾਈਲ ਜਿਹੜਾ ਪਿੰਡਾਂ ਦਾ ਵਧੀਆ ਜਾਂ ਸ਼ਹਿਰਾਂ ਦਾ ਮੈਂ ਵਾਰੀ ਵਾਰੀ ਪੁੱਛੂੰਗੀ ਮਾਈਕ ਜਿਹਦੇ ਵੱਲ ਕਰੂੰਗੀ ਉਹੀ ਬੋਲਿਓ ਤੁਸੀਂ ਦੱਸੋ ਮੈਮ ਪਿੰਡਾਂ ਦੇ ਵਿੱਚ ਥੋੜ੍ਹੀ ਐਸ਼ ਆ ਥੋੜ੍ਹੀ ਜਿਹੀ ਟੇਕ ਕੇਅਰ ਕਰਦੇ ਇੱਕ ਦੂਜੇ ਦੇ ਨਾਲ ਸ਼ਹਿਰਾਂ ਦੇ ਵਿੱਚ 90% ਆਫ ਦਾ ਟਾਈਮ ਤੁਹਾਨੂੰ ਇਹੀ ਨਹੀਂ ਪਤਾ ਹੁੰਦਾ ਤੁਹਾਡੇ ਗਵਾਂਢ 'ਚ ਕੀ ਹੋ ਰਿਹਾ ਤੁਹਾਡੇ ਗਵਾਂਢ 'ਚ ਕੌਣ ਰਹਿ ਰਿਹਾ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ ਇਸ ਲਈ ਪਿੰਡਾਂ ਦੀ ਲਾਈਫ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਹੈ ਜ਼ਿਆਦਾ ਵਧੀਆ ਹਾਂਜੀ ਤੁਸੀਂ ਕੀ ਕਹੋ ਸੇਮ ਆ ਜੀ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਬਾਹਰ ਜਾਂਦੇ ਆ ਨਾ ਹੈਕਟਿਕ ਲਾਈਫ ਦੇਖ ਲੈਂਦੇ ਆ ਸ਼ਹਿਰਾਂ ਦੀ ਤਾਂ ਤੁਹਾਨੂੰ ਪਿੰਡ ਦੇ ਵਧੀਆ ਲੱਗਦੇ ਆ ਖੁੱਲੇ ਖੇਤ ਆਪਣਾ ਆਰਾਮ ਨਾਲ ਬੈਠੇ ਰਹੋ ਕੋਈ ਮਤਲਬ ਨਹੀਂ ਆ ਤੁਹਾਨੂੰ ਇੰਜੋਏ ਕਰਦੇ ਆ ਤੇ ਬਿਸਤਰੇ ਤੇ ਮਿਲ ਜਾਂਦਾ ਨਾ ਸਾਰਾ ਕੁਝ ਜਾਂਦੇ ਸਾਰਾ ਕੁਝ ਹੁਣ ਬਾਹਰ ਤੁਸੀਂ ਜਾਂਦੇ ਹੋ ਤੇ ਆਪਾਂ ਕੰਮ ਕਰਨਾ ਰਾਤ ਨੂੰ ਆ ਕੇ ਸੋਣਾ ਕਈ ਵਾਰੀ ਮਿਸ ਵੀ ਹੋ ਜਾਂਦਾ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਤੇ ਉਹ ਪਿੰਡ ਹੀ ਹੁੰਦਾ ਮੰਮੀ ਆ ਕਰਦੇ ਆ ਸਾਰਾ ਇਨਵਾਇਰਨਮੈਂਟ ਵਧੀਆ ਹੁੰਦਾ ਪਿੰਡ ਦਾ ਵਧੀਆ ਤੁਸੀਂ ਕੀ ਕਹਿੰਦੇ ਹੋ ਮੇਰਾ ਵੀ ਸੇਮ ਵਿਚਾਰ ਆ ਜੀ ਪਿੰਡ ਦਾ ਬਹੁਤ ਵਧੀਆ ਹੁੰਦਾ ਜੀ ਰਹਿਣ ਸਹਿਣ ਕਿਉਂਕਿ ਇੱਕ ਤੇ ਆਪਣੇ ਪਰਿਵਾਰ ਆਪਾਂ ਇਕੱਠੇ ਆ ਇੱਕ ਜਿਵੇਂ ਤਾਏ ਚਾਚੇ ਇੱਦਾਂ ਪਿੰਡਾਂ 'ਚ ਜ਼ਿਆਦਾਤਰ ਇਕੱਠੇ ਰਹਿਣਾ ਪਸੰਦ ਕਰਦੇ ਆ ਤੇ ਕੋਈ ਨਾ ਕੋਈ ਚਲੋ ਤਾਈ ਅੱਜ ਕੱਲ੍ਹ ਜੁਆਇੰਟ ਫੈਮਲੀਆਂ ਘਟ ਗਈਆਂ ਨਾ ਘਟ ਗਈਆਂ ਜੀ ਪਰ ਫਿਰ ਵੀ ਕਿਤੇ ਨਾ ਕਿਤੇ ਅਟੈਚਮੈਂਟ ਹੈਗੀ ਆ ਹਲੇ ਪਰ ਸ਼ਹਿਰਾਂ 'ਚ ਉਹ ਅਟੈਚਮੈਂਟ ਹੈ ਨਹੀਂ ਜੀ ਕਿਉਂਕਿ ਸਾਡਾ ਗਵਾਂਢ ਮੱਥਾ ਕਿਸੇ ਨੂੰ ਪਤਾ ਹੀ ਨਹੀਂ ਕੌਣ ਰਹਿ ਰਿਹਾ ਹਾਂਜੀ ਕਿਉਂਕਿ ਪਿੰਡਾਂ ਵਾਲਾ ਹੀ ਵਧੀਆ ਜੀ ਤਾਂ ਹੀ ਅਸੀਂ ਵਾਪਸ ਆਏ ਹਾਂ ਆਪਣੇ ਸ਼ਹਿਰਾਂ ਨੂੰ ਛੱਡ ਕੇ ਇੱਥੇ ਛੁੱਟੀਆਂ ਮਨਾਂ ਤਾਂ ਹੀ ਆਈਦੀਆਂ ਨਹੀਂ ਤਾਂ ਉੱਧਰ ਰਹਿ ਲਿਆ ਕਰੀਏ ਛੁੱਟੀਆਂ 'ਚ ਆਪਣਾ ਇਹੀ ਕਲਚਰ ਜਦੋਂ ਤੁਸੀਂ ਬਾਹਰ ਗਏ ਸੀ ਆਸਟ੍ਰੇਲੀਆ ਤੋਂ ਆ ਤੁਸੀਂ ਅਤੇ ਉਦੋਂ ਜਦੋਂ ਸਡਨਲੀ ਤੁਸੀਂ ਚੇਂਜ ਆ ਗਿਆ ਲਾਈਫ ਦੇ ਵਿੱਚ ਕੀ ਤੁਹਾਨੂੰ ਸਭ ਤੋਂ ਪਹਿਲਾਂ ਫੀਲ ਹੋਇਆ ਬਸ ਜੀ ਅੱਖਾਂ ਖੁੱਲ ਗਈਆਂ ਪਤਾ ਲੱਗਾ ਲੋਕੀ ਕਹਿੰਦੇ ਕਿੱਦਾਂ ਦਾ ਲੱਗਾ ਆਸਟ੍ਰੇਲੀਆ ਮੈਂ ਕਿਹਾ ਬੜੀ ਜ਼ੋਰ ਦੀ ਲੱਗਾ ਉਦੋਂ ਪਤਾ ਲੱਗਦਾ ਜਦੋਂ ਆਪ ਕਮਾਉਣੀਆਂ ਤੇ ਖਾਣੀਆਂ ਵਾ ਫਿਰ ਪਿੰਡ ਚੇਤੇ ਆਇਆ ਫਿਰ ਚੇਤਾ ਆਉਂਦਾ ਹੀ ਆ ਜੀ ਫਿਰ ਸਾਰੀਆਂ ਗੱਲਾਂ ਆਉਂਦੀਆਂ ਚੇਤੇ ਫਿਰ ਕਹਿੰਦੇ ਨੇ ਏਅਰਪੋਰਟ ਤੇ ਜਾਂਦੇ ਸਟੋਰੀ ਪਾ ਦਿੰਦੇ ਮੁੜ ਮੁੜ ਯਾਦ ਆਵੇ ਪਿੰਡ ਦੀਆਂ ਗੱਲਾਂ ਸਟੋਰੀ ਨਹੀਂ ਪਾਈ ਬਟ ਪਤਾ ਹੈਗਾ ਕਿ ਕਰਨਾ ਤਾਂ ਪੈਣਾ ਹੀ ਆ ਹੱਡ ਬੀਤੀਆਂ ਆ ਇਹ ਹੱਡ ਕੀਤੀਆਂ ਹੀ ਆ ਕਰਨੀਆਂ ਪੈਂਦੀਆਂ ਵਾ ਮਿਹਨਤ ਓਕੇ ਅੱਛਾ ਤੁਸੀਂ ਕੀ ਕਹਿੰਦੇ ਹੋ ਕਿ ਜਿਹੜਾ ਪਿੰਡਾਂ ਦਾ ਲਾਈਫ ਸਟਾਈਲ ਆ ਉਹ ਜ਼ਿਆਦਾ ਵਧੀਆ ਹੁੰਦਾ ਕਿ ਸ਼ਹਿਰਾਂ 'ਚ ਸਹੀ ਹੁੰਦਾ ਵਾ ਨਹੀਂ ਮੈਂ ਤਾਂ ਕਹਿੰਦਾ ਸ਼ਹਿਰਾਂ 'ਚ ਹੀ ਸਹੀ ਆ ਆ ਦੇਖੋ ਹੁਣ ਆ ਪਿੰਡ ਪਿੰਡਾਂ ਤੋਂ ਹੁਣ ਐ ਨੂੰ ਆਏ ਨਾ ਸ਼ਹਿਰਾਂ ਵੱਲੋਂ ਆਏ ਤੇ ਗੇੜੀ ਮਾਰਨ ਸ਼ਹਿਰਾਂ 'ਚ ਹੀ ਆ ਗੇੜੀਆਂ ਪਿੰਡਾਂ 'ਚ ਨਹੀਂ ਨਾ ਵੱਜਦੀਆਂ ਸ਼ਹਿਰਾਂ 'ਚ ਸਹੀ ਆ ਸ਼ਹਿਰਾਂ 'ਚ ਦੇਖ ਲਓ ਹਨਾ ਅੱਧੀ ਰਾਤ ਨੂੰ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਜੋ ਮਰਜ਼ੀ ਤੁਸੀਂ ਆਣਾ ਤੁਹਾਨੂੰ ਅਵੇਲੇਬਲ ਆ ਇੰਨੇ ਤਾਂ ਮੈਨੂੰ ਲੱਗਦਾ ਕਿ ਪਿੰਡ ਵੀ ਕਾਫੀ ਡਿਵੈਲਪ ਹੋ ਗਏ ਆ ਕਈ 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 ਏਰੀਏ 'ਚ ਆ ਡਿਪੈਂਡ ਕਰਦਾ ਕਿਹੜੇ ਏਰੀਏ ਚਲ ਜਾਂਦੇ ਤੁਸੀਂ ਹੁਣ ਮਾਲਵੇ ਵਾਲੇ ਪਾਸੇ ਚਲ ਜਾਓ ਉੱਥੇ ਹੱਲੇ ਵੀ ਕਾਫੀ ਏਰੀਆ ਹੈਗਾ ਜਿਹੜਾ ਇਦਾਂ ਦਾ ਜਿਹੜਾ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੈਗਾ ਆਪਣੇ ਸ਼ਹਿਰਾਂ 'ਚ ਇਹ ਸੌਖਿਆ ਡਿਵੈਲਪਮੈਂਟ ਵਧੀਆ ਹੈਗੀ ਆ ਸੜਕਾਂ ਸੁੜਕਾਂ ਵਧੀਆ ਮਿਲ ਜਾਂਦੀਆਂ ਫੈਸਿਲਿਟੀ ਜ਼ਿਆਦਾ ਆ ਪਿੰਡਾਂ 'ਚ ਹਲੇ ਫੈਸਿਲਿਟੀ ਘੱਟ ਆ ਓਕੇ ਸ਼ਹਿਰਾਂ ਦਾ ਮਤਲਬ ਕਿ ਪਿੰਡਾਂ ਦੇ ਕੰਪੈਰੀਜ਼ਨ ਸ਼ਹਿਰਾਂ ਦਾ ਲਾਈਫਸਟਾਈਲ ਵਧੀਆ ਹੈ ਲਾਈਫਸਟਾਈਲ ਵਧੀਆ ਓਕੇ ਤੁਸੀਂ ਕੀ ਕਹਿੰਦੇ ਆ ਮੈਂ ਦੋਨੇ ਥਾਵਾਂ ਤੇ ਰਿਹਾ ਆ ਪਿੰਡ ਵੀ ਰਿਹਾ ਤੇ ਸ਼ਹਿਰ ਵੀ ਰਿਹਾ ਆ ਤੇ ਦੋਵਾਂ ਦਾ ਮੈਨੂੰ ਇੱਕ ਲੱਗਾ ਆ ਜੇ ਤਾਂ ਘੁੰਮਣ ਫਿਰਨ ਜਿਹਦਾ ਮਤਲਬ 2-4 ਦਿਨ ਨਾਲੇ ਰਹਿਣਾ ਆ ਫੇਰ ਤਾਂ ਮੈਂ ਪਿੰਡ ਪ੍ਰੈਫਰ ਕਰਦਾ ਕਿਉਂਕਿ ਜਿੰਨਾ ਕਿ ਚਿਰ ਉੱਥੇ ਹੁੰਦਾ ਆ ਵੀ ਆਰਾਮ ਨਾਲ ਰਿਲੈਕਸ ਲਾਈਫ ਆ ਰਾਤ ਨੂੰ 9:30 ਸੌਂ ਜੀਦਾ ਆ ਸਵੇਰੇ ਘਰਦਿਆਂ ਨੇ ਸਵੇਰੇ 7 ਵਜੇ ਉਠਾ ਦੇਣਾ ਹੁੰਦਾ ਆ ਠੀਕ ਹੈ ਉਹ ਰੁਟੀਨ ਬਣੀ ਹੋਈ ਆ ਸ਼ਹਿਰਾਂ 'ਚ ਕਿੰਨੇ ਵਜੇ ਉੱਠਦੇ ਸ਼ਹਿਰਾਂ 'ਚ ਇੱਦਾਂ ਜਿਨ ਹੁਣ ਜਦੋਂ ਥੋੜ੍ਹਾ ਚਿਰ ਵਿਹਲੇ ਆ ਅਸੀਂ ਤੇ ਹੁਣ ਸੁੱਕ ਨਾ 12-1 ਵਜੇ ਜਾਂਦਾ ਉੱਠਦੇ ਆ ਨੂੰ ਤੇ ਰਾਤ ਨੂੰ ਫਿਰ ਸੌਣਾ ਲੇਟ ਆ ਕਿਉਂਕਿ ਉਠਾਉਂਦਾ ਕੋਈ ਕਿ ਨਹੀਂ ਨਹੀਂ ਘਰਦੇ ਉਠਾ ਦਿੰਦੇ ਆ ਕਿੰਨੇ ਵਜੇ ਘਰਦੇ ਮਤਲਬ ਸਵੇਰੇ 10 ਵਜੇ ਤੋਂ ਕਹਿਣ ਲੱਗ ਪੈਂਦੇ ਆ ਫਿਰ ਵੀ ਵਜੇ ਹਿੰਮਤ ਮਾਰ ਲਈਦੀ ਆ 12-1 ਵਜੇ ਤੱਕ ਕੰਮ ਹੋ ਜਾਂਦਾ ਫਿਰ ਉੱਠਦੇ ਉੱਠਦਿਆਂ ਨੂੰ ਪਰ ਇਹ ਆ ਵੀ ਜਿੱਦਾਂ ਸ਼ਹਿਰਾਂ 'ਚ ਥੋੜ੍ਹਾ ਇਹ ਹੋ ਜਾਂਦਾ ਈਜ਼ੀ ਵੀ ਜਿੱਦਾਂ ਸਾਡੀ ਆਦਤ ਆ ਵੀ ਦਿਨੇ ਸੁੱਤੇ ਸੱਤੇ ਰਹੀਦਾ ਜਿੰਨਾ ਚਿਰ ਹੁਣ ਫਰੀ ਆ
ਤੇ ਸ਼ਾਮ ਨੂੰ ਥੋੜਾ ਨਿਕਲ ਕੇ ਬਾਹਰ ਥੋੜਾ ਗੈਟ ਟੂਗੈਦਰ ਹੋ ਜਾਂਦਾ ਆ। ਹੁਣ ਆਪਸ਼ਨਸ ਜ਼ਿਆਦਾ ਨਾ ਪਿੰਡਾਂ 'ਚ, ਆਪਸ਼ਨਸ ਜ਼ਿਆਦਾ ਆ। ਇੱਕ ਸ਼ਾਮ ਨੂੰ ਇਹ ਵੀ ਪਿੰਡ ਦਾ ਮਾਹੌਲ ਇੱਦਾਂ ਦਾ ਹੁੰਦਾ ਹੈ, ਹੁਣ ਆਪਣੇ ਸਿਆਣੇ ਬਿਆਣੇ ਆ ਜਿਹੜੇ ਦਾਦਾ ਜੀ ਹੋਣੀ ਆ, ਜ਼ਿਆਦਾ ਬੀਬੀ ਹੋਣੀ ਆਪਣੇ ਸਾਰੇ ਆ, ਉਹ ਹੁਣ ਇਹ ਵੀ ਸ਼ਾਮ ਨੂੰ ਨਿਕਲ ਨਹੀਂ ਦਿੰਦੇ ਉਹ, ਉਹਨਾਂ ਨੂੰ ਹੁੰਦਾ ਵੀ ਨਹੀਂ ਵੀ ਹਾਂ ਟਾਈਮ 'ਤੇ ਘਰੇ ਆਓ। ਹੁਣ ਇੱਥੇ ਸਾਡੇ 7 ਵਜੇ ਉੱਥੇ ਰੋਟੀ ਖਾ ਲੈਂਦੇ ਆ, ਅਤੇ ਇੱਥੇ ਹਲੇ ਸਾਡਾ ਹਲੇ ਸੋਚਣ ਡੇ ਹੁੰਦੇ ਚੱਲਦੇ ਹੁੰਦੇ ਹਲੇ ਵੀ ਹਲੇ ਨਾਲੇ, ਜਾਂ ਘਰਦਿਆਂ ਨੂੰ ਹਲੇ ਪਤਾ ਨਹੀਂ ਹੁੰਦਾ ਵੀ ਰਾਤ ਨੂੰ ਬਣਨਾ ਕੀ ਆ, ਕਿਉਂਕਿ ਸ਼ਹਿਰ ਦੇ ਹਿਸਾਬ ਨਾਲ ਲੇਟ ਸਮ ਆ। ਇਹ ਚੀਜ਼ਾਂ ਦਾ ਫਰਕ ਆ, ਬਾਕੀ ਦੋਨੇ ਚੀਜ਼ਾਂ ਮੈਨੂੰ ਤਾਂ ਵਧੀਆ ਲੱਗਦੀਆਂ ਆ, ਹਾਂ ਆਪਣੇ ਆਪਣੀ ਜਗ੍ਹਾ ਦੋਨੇ ਵਧੀਆ ਆ। ਜੇ ਓਕੇ ਪਿੰਡ ਜਾਂ ਸ਼ਹਿਰ ਚੂਜ਼ ਕਰੋ, ਮੈਂ ਜਿੱਦਾਂ ਹੁਣ ਰਿਹਾ ਸ਼ਹਿਰ ਦੇ ਵਿੱਚ ਆ ਤਾਂ ਫਿਰ ਮੈਂ ਸ਼ਹਿਰ ਹੀ ਪ੍ਰੈਫਰ ਕਰੂੰਗਾ। ਆਪਾਂ ਸ਼ਹਿਰ 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 ਹਾਂਜੀ ਪਿੰਡ ਜਾਂ ਸ਼ਹਿਰ ਪਿੰਡ 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 ਹੀ ਆਊਗਾ ਜੀ, ਪਿੰਡ ਹੀ ਪਿੰਡ ਜੀ ਪਿੰਡ ਤੁਸੀਂ ਤੁਹਾਨੂੰ ਇਹ ਪਿੰਡ ਵਾਲੇ ਤੁਹਾਨੂੰ ਮੈਂ ਵੀ ਦੋਨੇ ਹੀ ਆ। ਮੈਂ ਪਿੰਡ 'ਚ ਮੈਂ ਓਨੈਸਟਲੀ ਤਾਂ ਮੈਂ ਪਿੰਡ 'ਚ ਨਹੀਂ ਰਹੀ, ਮੈਂ ਸ਼ਹਿਰ 'ਚ ਰਹੀ ਹਾਂ, ਇਸ ਲਈ ਫਿਰ ਮੈਂ ਸ਼ਹਿਰ ਹੀ ਕਹੂੰਗੀ। ਪਿੰਡ 'ਚ ਘੁੰਮਣ ਘੁੰਮਣ ਨੂੰ ਠੀਕ ਆ, ਸਟੋਰੀਆਂ ਪਾਉਣ ਨੂੰ ਪੱਠੇ ਕੁਦਰਦੇ ਪਏ, ਇਹ 2-4 ਦਿਨਾਂ ਲਈ ਵਧੀਆ ਲੱਗਦਾ ਕਿ ਹਾਂ ਵੀ ਟਰੈਕਟਰ ਚਲਾਉਂਦੇ। ਸ਼ੁਰੂ ਤੋਂ ਹੀ ਰਹੀ, ਹੁਣ ਰਹੀ, ਮੈਂ ਸ਼ਹਿਰ 'ਚ ਆ ਤਾਂ ਮੈਨੂੰ ਨਹੀਂ ਲੱਗਦਾ ਮੈਂ ਜ਼ਿਆਦਾ ਦੇਰ ਉੱਥੇ ਰਹਿ ਪਾਉਂ। ਸਾਨੂੰ ਇਹਦਾ ਸਰਵਾਈਵ ਕਰਨਾ ਔਖਾ ਲੱਗਦਾ, ਸਰਵਾਈਵ ਇਹ ਨਹੀਂ ਵੀ ਹੈਗੇ, ਅਸੀਂ ਵੀ ਜੱਟਾਂ ਦੇ ਮੁੰਡੇ ਹੀ ਹਾਂ, ਪਰ ਚੱਕਰ ਇਹ ਆ ਵੀ ਇੱਥੇ ਜਿੱਦਾਂ ਸ਼ਹਿਰ ਰਹਿ ਕੇ ਥੋੜ੍ਹਾ ਈਜ਼ੀ ਚੀਜ਼ਾਂ ਨੂੰ ਜ਼ਿਆਦਾ ਪਏ ਹਾਂ, ਵੀ 2 ਮਿੰਟ ਲੱਗਣੇ ਰੈਸਟੋਰੈਂਟ ਚੱਲ ਜਾਓ, ਹੁਣ ਉੱਥੇ ਕਿਤੇ ਛੋਟਾ ਜਿਹਾ ਕੰਮ ਵੀ ਕਰਨਾ, ਤੁਸੀਂ ਆਨਲਾਈਨ ਵੀ ਨਹੀਂ ਆਰਡਰ ਕਰ ਸਕਦੇ, ਵੀ ਨਹੀਂ ਕਰ ਸਕਦੇ। ਹੁਣ ਅਸੀਂ ਕਿੱਦਾਂ ਗੁਰਦਾਸਪੁਰ ਰਹੇ ਹਾਂ, ਗੁਰਦਾਸਪੁਰ ਡਿਬੇਟ ਚੱਲ ਗਈ, ਉਹ ਕਹਿੰਦੇ ਸਾਰਾ ਕੁਛ ਹੀ ਆ। ਹੈ ਮੈਂ ਮਹਾਡੇ ਪਿੰਡ ਦੇ ਵਿੱਚ 24 ਘੰਟੇ ਵਾਲੇ ਹੋਟਲ 2 ਆ, ਠੀਕ ਆ, ਜੋ ਕਹੋਗੇ ਤੁਹਾਨੂੰ ਉੱਥੇ ਅਵੇਲੇਬਲ ਕਰਾਵਾਂਗੇ, ਇਹੋ ਜੀ ਕੋਈ ਗੱਲ ਨਹੀਂ। ਇਹ ਤਾਂ ਬਸ ਕਹਿਣ ਦੀ ਗੱਲ ਆ ਵੀ ਹਾਂ ਕੁਛ ਸ਼ਹਿਰ 'ਚ ਜਿੰਨੇ ਵੀ ਹੋਣਗੇ ਪਿੰਡ ਦੇ, ਪਿੰਡਾਂ ਦੇ ਹਿਸਾਬ ਨਾਲ ਜੇ ਆਪਾਂ ਦੇਖਿਆ ਜਾਏ ਤਾਂ 2 ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਪਿੰਡ ਆ ਜਿਹੜੇ ਕਾਫੀ ਅੱਗੇ ਆ ਚੁੱਕੇ ਪਾ ਚੁੱਕੇ ਆ, ਇਹੋ ਜੀ ਕੋਈ ਗੱਲ ਨਹੀਂ ਹੈਗੀ, ਹਾਂਜੀ ਕੋਈ ਚੱਕਰ ਨਹੀਂ ਆ। ਬਾਕੀ ਹੁਣ ਹਰੇਕ ਬੰਦੇ ਦੀ ਆਪਣੀ ਇੱਕ ਇੱਕ ਪ੍ਰੈਫਰੈਂਸ ਹੋ ਗਈ ਆ, ਜਿਹੜੇ ਸ਼ਹਿਰ ਡਿਵੈਲਪ ਪਿੰਡ ਡਿਵੈਲਪ ਹੋ ਗਿਆ ਉਹਨਾਂ ਨੂੰ ਸ਼ਹਿਰਾਂ ਦੇ ਨਾਲ ਜੋੜ ਲੈਂਦੇ ਆ ਜੀ, ਹਾਂਜੀ ਇਹ ਤਾਂ ਸ਼ਹਿਰ 'ਚ ਹੀ ਵੜ ਗਿਆ, ਫਿਰ ਉਹ ਗੱਲ ਆ ਜਾਂਦੀ ਆ, ਫਿਰ ਉੱਤੇ ਗੱਲ 'ਤੇ ਡਿਬੇਟ ਬਹੁਤ ਲੰਬੀ ਹੋ ਸਕਦੀ, ਜਿੰਨੀ ਮਰਜ਼ੀ ਕਰ ਲਓ। ਮੈਂ ਤਾਂ ਆਪਸ 'ਚ ਖੜਾ ਲੈਣੇ, ਮੈਂ ਕਹਿੰਦਾ ਹੁਣ ਬੋਲੀ ਜਾਓ। ਓਕੇ ਚੰਗਾ ਲੱਗਿਆ ਜੀ ਗੱਲ ਕਰਕੇ, ਥੈਂਕ ਯੂ ਜੀ। ਹੁਣ ਕਿਸੇ ਵੀ ਤਰ੍ਹਾਂ ਦੀ ਡਿਸ਼, ਕੇਬਲ ਜਾਂ ਬਾਕਸ ਤੋਂ ਬਿਨਾਂ ਦੇਖੋ ਪ੍ਰਾਈਮ ਏਸ਼ੀਆ ਟੀਵੀ ਬਿਲਕੁਲ ਫ੍ਰੀ। ਜੇਕਰ ਤੁਹਾਡੇ ਕੋਲ ਸੈਮਸੰਗ, ਐਲਜੀ, ਰੋਕੂ, ਐਪਲ ਟੀਵੀ ਜਾਂ ਹੋਰ ਕੋਈ ਵੀ ਸਮਾਰਟ ਟੀਵੀ ਹੈ ਤਾਂ ਪ੍ਰਾਈਮ ਏਸ਼ੀਆ ਟੀਵੀ ਦੀ ਐਪ ਸਰਚ ਕਰਕੇ ਇੰਸਟਾਲ ਕਰ ਲਓ। ਤੁਸੀਂ ਜਿਸ ਵੀ ਦੇਸ਼ 'ਚ ਰਹਿੰਦੇ ਹੋ ਉੱਥੋਂ ਦੇ ਪ੍ਰੋਗਰਾਮ ਅਤੇ ਖਬਰਾਂ ਵੇਖ ਸਕਦੇ ਹੋ, ਕਿਉਂਕਿ ਹੁਣ ਹਰ ਦੇਸ਼ ਲਈ ਵੱਖਰਾ ਪ੍ਰਾਈਮ ਏਸ਼ੀਆ ਟੀਵੀ ਚੈਨਲ ਹੈ, ਜਿਵੇਂ ਕੈਨੇਡਾ, USA, UK, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਇੰਡੀਆ। ਇਹ ਐਪ ਤੁਸੀਂ ਘਰ ਦੇ ਸਾਰੇ ਸਮਾਰਟ ਟੀਵੀ 'ਤੇ ਡਾਊਨਲੋਡ ਕਰ ਸਕਦੇ ਹੋ ਬਿਲਕੁਲ ਫ੍ਰੀ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।